ਬਾਜ ਸਰਕਾਰਾਂ ਕਿੱਥੇ ਲੈਂਦੀਆਂ ਨੇ ਸਾਰਾ ਇੱਥੇ ਗੋਲੀਆਂ ਨੇ ਸਰਮਾਏਦਾਰ ਦੀਆਂ। ਉਹ ਤੈਨੂੰ ਰੋਟੀ ਜੋਗਾ ਵੀ ਨੀ ਜੱਟਾ ਛੱਡਣਾ, ਸਕੀਮਾਂ ਸਰਕਾਰ ਦੀਆਂ। ਤੈਨੂੰ ਰੋਟੀ ਜੋਗਾ ਵੀ ਨੀ ਜੱਟਾ ਛੱਡਣਾ, ਸਕੀਮਾਂ ਸਰਕਾਰ ਦੀਆਂ। ਪੰਜਾਬ ਦੀ ਧਰਤੀ ਤੇ ਬੰਜਰ ਹੋਣ ਵਿੱਚ ਕੋਈ ਬਹੁਤਾ ਸਮਾਂ ਬਚਿਆ ਨਹੀਂ ਲੱਗ ਰਿਹਾ। ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਪਾਣੀ ਦਾ ਪੱਧਰ ਦੱਸ ਰਿਹਾ ਕਿ ਪੰਜਾਂ ਦਰਿਆਵਾਂ ਦੀ ਧਰਤੀ ਕਿਸੇ ਦਿਨ ਪਾਣੀ ਨੂੰ ਉਤਰਸੇਗੀ। ਦਿੱਲੀ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਰਕੇ ਪੰਜਾਬ ਆਪਣੀ ਹੋਂਦ ਲਈ ਲੜ ਰਿਹਾ। ਇਹਨਾਂ ਹੀ ਨੀਤੀਆਂ ਵਿੱਚ ਇੱਕ ਹੈ ਪੰਜਾਬ ਵਿੱਚ ਬੇਗਾਨੀ ਫਸਲ ਝੋਨੇ ਦੀ ਲਵਾਈ। ਝੋਨਾ ਯਾਨੀ ਚੌਲ ਪੰਜਾਬ ਦੀ ਫਸਲ ਨਹੀਂ, ਪਰ ਪੰਜਾਬ ਨੂੰ ਗਰਕ ਕਰਨ ਦੀ ਨੀਤੀ ਤਹਿਤ ਝੋਨਾ ਅਤੇ ਸਫੈਦਾ ਪੰਜਾਬ ਵਿੱਚ ਲਿਆ ਕੇ ਪੰਜਾਬ ਦਾ ਪਾਣੀ ਖਤਮ ਕਰਨ ਦੀ ਚਾਲ ਖੇਡੀ ਜਾ ਰਹੀ ਹੈ। ਇਸੇ ਨੂੰ ਦਰਸਾਉਂਦੀ ਹੈ ਵੀਡੀਓ ਜਿਸ ਵਿੱਚ ਕਿਸਾਨ ਆਪਣੇ ਝੋਨੇ ਵਿੱਚ ਮੋਟਰਸਾਈਕਲ 'ਤੇ ਫਿਰ ਰਿਹਾ। ਉਹ ਅਜਿਹਾ ਕਿਉਂ ਕਰ ਰਿਹਾ, ਖੁਦ ਸੁਣ ਲਓ। ਬਾਈ ਜੀ, ਆ ਇੱਕ ਵੀਡੀਓ ਪਾਉਣ ਲੱਗੇ ਹੈ। ਇਹ ਪਿੰਡ ਬੁਰਜਗਿੱਲ ਦੇ ਖੇਤ ਹੈ। ਝੋਨਾ ਲੱਗੇ ਨੂੰ 10 ਕਦਿਨ ਹੋ ਗਏ ਅਤੇ ਪਾਣੀ ਇੱਕੋ ਹੀ ਲੱਗਿਆ। ਆਹ ਮੋਟਰਸਾਈਕਲ ਟੌਰ ਨਾ ਫਿਰਦਾ, ਇਹ 'ਚ ਭਾਵੇਂ ਸਾਈਕਲ ਚਲਾ ਲਓ, ਮੋਟਰਸਾਈਕਲ ਚਲਾ ਲਓ, ਕਾਰ ਚਲਾ ਲਓ। ਆਹ ਦੇਖ ਲਓ, ਇਹ ਅਮਰੀਕ ਸਿੰਘ ਨਾਂ ਦਾ ਬੰਦਾ ਹੈ। ਇਹ ਕਹਿੰਦਾ ਲਾਈਟ ਤਾਂ ਪੂਰੀ ਆਉਂਦੀ ਹੈ 8 ਘੰਟੇ, ਪਰ ਲਾਈਟ ਨਾਲ ਬਣਦਾ ਕੁਛ ਨਹੀਂ। ਅਸੀਂ ਗੌਰਮੈਂਟ ਨੂੰ ਕਹਿਣਾ ਵੀ ਸਾਨੂੰ ਕਿਉਂ ਇਹ ਰੋਡੀ ਲਾਈ ਹੈ ਫਸਲ, ਸਾਡੇ ਜਦੋਂ ਰਾਜ ਦੀ ਫਸਲ ਹੀ ਨਹੀਂ ਹੈਗੀ ਅਤੇ ਸੱਤ ਅਸੀਂ ਕਰਾਉਣਾ ਕੀ ਹੈ ਤੋਂ। ਅਸੀਂ ਤਾਂ ਕਿਤੇ ਚੌਲ ਦੀਵਾਲੀ ਵਾਲੇ ਕਿਲੋ ਲਿਆਉਣੇ ਹੁੰਦੇ ਅਤੇ ਜਿੱਦੇ ਆਪਣੀ ਧਰਨੀ ਹੁੰਦੀ ਖੀਰ, ਅਤੇ ਹਾਏ ਤਾਂ ਹੋਰਾਂ ਸਟੇਟਾਂ ਨੂੰ ਦਿੰਦੇ ਹਾਂ ਪੈਦਾ ਕਰ ਕਰਕੇ। 3000 ਲੀਟਰ ਨਾਲ 1 ਕਿਲੋ ਚੌਲ ਪੈਦਾ ਹੁੰਦੇ ਹੈ, ਜਿਹਦੇ 'ਚੋਂ ਸਾਨੂੰ ਬਚਦਾ ਕੁਛ ਨਹੀਂ। ਸਾਡੇ ਸਿਰ ਕਰਜ਼ਾ ਹੀ ਚੜ੍ਹੀ ਜਾਂਦਾ, ਕਦੇ ਮੋਟਰਾਂ ਵੱਡੀਆਂ ਕਰ ਲਈਆਂ, ਕਦੇ ਬੋਰ ਡੂੰਘੇ ਕਰ ਲਏ, ਕਦੇ 300 ਫੁੱਟ ਵਾਲੇ ਕਰ ਲਏ, ਕਦੇ 500 ਫੁੱਟ ਵਾਲੇ ਕਰ ਲਏ, ਪਰ ਸਾਨੂੰ ਇਹ ਫਸਲ ਦੀ ਲੋੜ ਨਹੀਂ। ਅਸੀਂ ਗੌਰਮੈਂਟ ਨੂੰ ਕਹਿਣਾ ਕੋਈ ਚੰਗੀਆਂ ਫਸਲਾਂ ਦੇਣ ਜਿਹਦੇ ਨਾਲ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇ। ਅਸੀਂ ਚਾਹੁੰਦੇ ਹਾਂ ਵੀ ਮੱਕੀ ਵਰਗੀਆਂ ਫਸਲਾਂ ਦੀ ਖਰੀਦ ਹੋਵੇ, ਗੌਰਮੈਂਟ ਖਰੀਦ ਕਰੇ, ਸਾਨੂੰ ਵਧੀਆ ਭਾਅ ਮਿਲਣਾ। ਅਸੀਂ ਝੋਨੇ ਤੋਂ ਲੈਣਾ ਕੀ ਹੈ, ਪੈਦਾ ਕਰ ਕਰਕੇ ਬਿਹਾਰ ਦੇ ਭਈਆਂ ਨੂੰ ਦੇਈ ਜਾਂਦੇ ਹਾਂ। 3000 ਲੀਟਰ ਨਾਲ 1 ਕਿਲੋ ਚੌਲ ਪੈਦਾ ਹੁੰਦੇ ਆ, ਅਸੀਂ ਕਰਾਉਣਾ ਕੀ ਹੈ ਫਸਲ ਤੋਂ, ਪੰਜਾਬ ਬਰਬਾਦ ਕਰਤਾ ਇਹਨੇ। ਮੋਟਰਸਾਈਕਲ ਜਿੱਥੇ ਲੰਘੇ ਲੀਹ ਦਿਖਾਇਓ ਲੀਹ। ਹਾਂ ਆਹ ਲੀਹ ਦੇਖੋ ਬਾਈ, ਜਿੱਥੋਂ ਦੀ ਮੋਟਰਸਾਈਕਲ ਲੰਘਿਆ ਲਾ, ਇੱਥੋਂ ਦੀ ਲੰਘਿਆ ਮੋਟਰਸਾਈਕਲ, ਪਤਾ ਹੀ ਨਹੀਂ ਲੱਗਦਾ ਝੋਨੇ ਦਾ ਵੀ ਝੋਨੇ ਬਾਈ ਦੀ ਮੋਟਰਸਾਈਕਲ ਚੱਲਦਾ ਕਿ ਸੜਕ 'ਤੇ ਚੱਲਦਾ। ਆਹ ਸਾਡਾ ਇੱਕ ਮਜ਼ਦੂਰ ਹੈ ਵਿਚਾਰਾ, ਇਹ ਗੇਲੜਾਂ ਨਾਲ ਪਾਣੀ ਪਾਉਂਦਾ ਹੈ। ਹੁਣ ਗੇਲੜਾਂ ਨਾਲ ਕਿੰਨੇ ਕੁ ਪਾਣੀ ਨਾਲ ਪੂਰਾ ਹੋ ਜੂ ਝੋਨੇ ਨੂੰ ਦੇਖ ਲਾ। ਲਾਈਟ ਆਉਂਦੀ ਹੈ ਪਰ ਕਰਦੀ ਕੁਛ ਨਹੀਂ, ਗਰਮੀ ਬਾਹਲੀ ਹੈ। ਗੌਰਮੈਂਟ ਨੇ ਪਸਾਹ ਛੱਡਿਆ ਭਰਾਵੋ। ਆਹ ਦੇਖ ਲਾ ਸਾਡਾ ਬੰਦਾ ਪਾਣੀ ਪਾਈ ਜਾਂਦਾ, ਇੰਨੇ ਕੁ ਪਾਣੀ ਨਾਲ ਕੀ ਪਾਉਣਾ ਝੋਨੇ ਨੂੰ। 4 ਦਿਨ ਹੋ ਗਏ ਵਿਚਾਰੇ ਨੂੰ ਐਂ ਪਾਈ ਜਾਂਦੇ ਨੂੰ, ਹਜੇ ਤੱਕ ਕੰਮ ਮੁੱਕਿਆ ਨਹੀਂ ਹੈਗਾ। ਠੀਕ ਹੈ ਭਰਾਵੋ, ਸਾਨੂੰ ਇਹਦਾ ਖਹਿੜਾ ਛਡਾਓ, ਧੰਨਵਾਦ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਝੋਨਾ ਅਤੇ ਸਫੈਦਾ ਸਰਕਾਰੀ ਨੀਤੀ ਤਹਿਤ ਪੰਜਾਬ ਵਿੱਚ ਲਿਆਂਦੇ ਗਏ ਅਤੇ ਪੰਜਾਬ ਦੀ ਕਿਸਾਨੀ ਨੂੰ ਝੋਨੇ ਦੇ ਫਸਲੀ ਚੱਕਰ ਵਿੱਚ ਪਾ ਕੇ ਪੰਜਾਬ ਦਾ ਪਾਣੀ ਖਤਮ ਕਰਨ ਦੀ ਨੀਤੀ ਚਲਾਈ ਗਈ। ਬਾਅਦ ਵਿੱਚ ਮੋਟਰਾਂ ਦੀ ਮੁਫਤ ਬਿਜਲੀ ਦੇ ਕੇ ਇਸ ਨੀਤੀ ਨੂੰ ਹੋਰ ਤਿੱਖਾ ਕਰਨ ਦੀ ਚਾਲ ਖੇਡੀ ਗਈ, ਜਿਸ ਦਾ ਖਮਿਆਜ਼ਾ ਆਉਣ ਵਾਲੀ ਪੰਜਾਬ ਦੀ ਨਸਲ ਜ਼ਰੂਰ ਭੁਗਤੇਗੀ। ਝੋਨੇ ਵਾਂਗ ਸਫੈਦਾ ਵੀ ਪੰਜਾਬ ਦਾ ਰੁੱਖ ਨਹੀਂ। ਸਫੈਦਾ ਧਰਤੀ ਤੋਂ ਜ਼ਿਆਦਾ ਪਾਣੀ ਖਿੱਚਦਾ ਹੈ ਅਤੇ ਪਾਣੀ ਨੂੰ ਹਵਾ ਵਿੱਚ ਛੱਡਦਾ ਹੈ, ਪਰ ਪੰਜਾਬ ਵਿੱਚ ਸੜਕਾਂ ਦੁਆਲੇ ਪਿੰਡਾਂ ਵਿੱਚ ਇਹ ਰੁੱਖ ਲਗਾਏ ਗਏ ਜੋ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਕਰਨ ਵਿੱਚ ਝੋਨੇ ਵਾਂਗ ਕੰਮ ਕਰ ਰਹੇ ਹਨ।